गुरद्वारा साहब का लंगर हॉल है जी, जिसके विच प्रशादा वरताया जा रहा। ਸਾਨੂੰ ਇਹ ਹੁੰਦਾ ਕਿ ਜਿਹਨੂੰ ਕੀ ਕੰਮ ਦਿਖ ਰਿਹਾ, ਸੇਵਾ ਦਿਖ ਰਹੀ ਹੈ, ਉਹ ਜਦੋਂ ਵੀ ਮਰਜ਼ੀ ਸ਼ੁਰੂ ਕਰ ਸਕਦਾ। ਸਾਡੇ ਨਾਲ ਡਾਕਟਰ ਖੁਸ਼ਮਿੰਦਰ ਕੌਰ ਆ, ਇਹ ਇੰਡੀਆ ਤੋਂ ਆਏ ਆ, ਚੜ੍ਹਦੇ ਪੰਜਾਬ ਦੇ ਪ੍ਰਿੰਸੀਪਲ ਆ ਉੱਥੇ ਇੱਕ ਵੱਡੇ ਇਦਾਰੇ ਦੇ, ਤੇ ਇਹ ਇੱਥੇ ਆਪ ਅੱਜ ਲੰਗਰ ਵਰਤਾਉਂਦੇ ਫਿਰ ਰਹੇ ਆ। ਕੀ ਕਰਦੇ ਫਿਰ ਰਹੇ ਹੋ ਇੱਥੇ? ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜੀ, ਜਿਹਦੇ ਵਿੱਚ ਪ੍ਰਸ਼ਾਦਾ ਵਰਤਾਇਆ ਜਾ ਰਿਹਾ। ਅੱਛਾ, ਨਹੀਂ ਤੇ ਇੱਥੇ ਹੋਰ ਵੀ ਵਰਤਾਉਣ ਵਾਲੇ ਹੈਗੇ, ਤੁਸੀਂ ਕਿਉਂ ਵਰਤਾ ਰਹੇ ਹੋ? ਨਹੀਂ ਇੱਦਾਂ ਨਹੀਂ ਹੁੰਦਾ ਜੀ, ਸਾਡੇ ਸਿੱਖ ਧਰਮ ਨਾਲ ਰਿਲੇਟਡ ਹੈ, ਮੈਂ ਵੀ ਸਿੱਖ ਧਰਮ ਦੇ ਨਾਲ ਸੰਬੰਧਿਤ ਹਾਂ ਮੈਂ। ਅੱਛਾ, ਜਿਹਦੇ ਕਰਕੇ ਫਿਰ ਸਾਨੂੰ ਇਹ ਹੁੰਦਾ ਕਿ ਜਿਹਨੂੰ ਕੀ ਕੰਮ ਦਿਖ ਰਿਹਾ, ਸੇਵਾ ਦਿਖ ਰਹੀ ਹੈ, ਉਹ ਜਦੋਂ ਵੀ ਮਰਜ਼ੀ ਸ਼ੁਰੂ ਕਰ ਸਕਦੇ ਹੋ। ਅੱਛਾ, ਤੇ ਛੋਟੇ ਬੱਚੇ ਲੱਗੇ ਹੋਏ ਸੀ ਕਿਉਂਕਿ ਲੰਚ ਟਾਈਮ ਆ, ਕਹਿ ਸਕਦੇ ਦੁਪਹਿਰ ਦਾ ਖਾਣਾ ਹੈ। ਹਰ ਬੰਦਾ ਜਿਹੜਾ ਵਾ ਇੱਥੇ, ਅਸੀਂ ਤੈਨੂੰ ਸੇਵਾ ਹੀ ਮੰਨਦੇ ਹਾਂ। ਅੱਛਾ ਅੱਛਾ, ਯਾਨੀ ਕਿ ਇੱਥੇ ਹਰ ਕੋਈ ਖਾ ਵੀ ਸਕਦਾ ਤੇ ਹਰ ਕੋਈ ਸੇਵਾ ਵੀ ਕਰ ਸਕਦਾ? ਬਿਲਕੁਲ ਜੀ। ਅੱਛਾ, ਬਾਬੇ ਨਾਨਕ ਨੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਸੀ ਹਰਿਮੰਦਰ ਸਾਹਿਬ ਦੇ ਵੀ। ਅੱਛਾ, ਕਿ ਕੋਈ ਵੀ ਧਰਮ ਕਿਸੇ ਵੀ ਆਖਰ ਲੰਗਰ ਦੀ ਲੌਜਿਕ ਕੀ ਆ? ਅੱਛਾ, ਇਹਦੇ ਪਿੱਛੇ ਹੈਗਾ ਕੀ ਮਕਸਦ, ਕੀ ਇਸ ਲੰਗਰ ਦੇ ਪਿੱਛੇ ਕੀ ਲੌਜਿਕ ਹੈ ਇਹਦੀ ਸਾਰੀ? ਇਹ ਸਾਡੇ ਸਿੱਖ ਧਰਮ ਦੇ ਵਿੱਚ ਰਵਾਇਤ ਹੈ। ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਪ੍ਰਸ਼ਾਦ ਭੁੱਖੇ ਸਾਧੂਆਂ ਨੂੰ ਛਕਾਇਆ ਸੀ। ਅੱਛਾ, ਤੇ ਅਸੀਂ ਸਮਝ ਲਓ ਕਿ ਉਸਦਾ ਵਿਆਜ ਹੀ ਹੁਣ ਤੱਕ ਤਾਰਦੇ ਪਏ। ਅੱਛਾ, ਜਿੱਥੇ ਵੀ ਤੁਹਾਨੂੰ ਪੂਰੀ ਕਾਇਨਾਤ ਦੇ ਵਿੱਚ ਜਿੱਥੇ ਵੀ ਜਿਸ ਵੀ ਕਿਸੇ ਕੰਟਰੀ ਵਿੱਚ ਤੁਹਾਨੂੰ ਸਿੱਖ ਮਿਲਣਗੇ,
ਉੱਥੇ ਲੰਗਰ ਪ੍ਰਥਾ ਤੁਹਾਨੂੰ ਪੱਕਾ ਮਿਲੂਗੀ। ਅੱਛਾ ਇੱਥੇ ਬਿਠਾ ਕੇ ਦਿੱਤਾ ਜਾਂਦਾ ਜਿਹੜਾ ਬੜਾ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਬੜਾ ਬਿਹਤਰੀਨ ਤਰੀਕੇ ਨਾਲ ਸਾਇਆ ਹੈ। ਨਹੀਂ ਜੀ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਰਾਂਤਾ ਨੂੰ ਬੈਠ ਕੇ ਛਕਣਾ ਹੀ ਪਏਗਾ। ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਬਾਹਰ ਦੇ ਕੋਈ ਅੰਬੈਸਡਰ ਆਉਂਦੇ ਆ ਕਿਸੇ ਕੰਟਰੀ ਦੇ ਰਾਜਦੂਤ ਆਉਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਦੌਰਾਨ ਲੰਗਰ ਹਮੇਸ਼ਾ ਨੀਚੇ ਬੈਠ ਕੇ ਹੀ ਕਰਦੇ ਆ। ਮਲਕ ਚੀਮਾ ਜੀ ਉਹਨਾਂ ਦੇ ਬੈਠ ਮਲਕ ਜੀ।